बड़े लोग तो कहते भाई कोई करोना नहीं कुछ नहीं है वही मरी जाते हैं बड़े कहें भी मर रहे ने असल गल की है असल गल यही है भी करोना है भाई करोना बंदे मर रहे ने यह सच है तो साढ़े लागले लागले पिंडां दे विच बड़े बंदे मर रहे ने होर गांह दी गांह जिहड़े साढ़े लिंक च बंदे सीगे उहनां नाल गल्लबात करी ठीक है उन्होंने आप उन्होंने कहते सी आप खुद करोना दे पेशेंट रह के ठीक हो गए कुछ क कुछ क रिश्तेदार कहते साढ़े गांह दी गांह रिश्तेदार किसी की किडनी झड़ गई करोना बहुत दिक्कत आ रही है सो कुछ क कहते हैं भी जो पिंडां दे विच इक तां बंदा नॉर्मल हुंदा है नॉर्मल बंदा जदों तुरिया फिरदा उहनूं इकदम खंघ जुखाम हो गया साह दी दिक्कत आ गई तां उह करोना नाल ही मरे ਜਾਂ ਜੇ ਕਿਸੇ ਨੂੰ ਬੰਦੇ ਨੂੰ ਊਂ ਬਿਮਾਰੀ ਹੈ ਠੀਕ ਹੈ ਉਹ ਅਲੱਗ ਚੀਜ਼ ਹੈ ਪਰ ਬਹੁਤ ਲੋਕ ਬਾਈ ਹੁਣ ਕਰੋਨਾ ਨਾਲ ਮਰ ਰਹੇ ਨੇ ਇਹ ਸੱਚ ਹੈ ਹੁਣ ਬਹੁਤ ਬੰਦੇ ਕਹਿੰਦੇ ਕੋਈ ਫੁੱਦੂ ਬਣਾਈ ਜਾਂਦਾ ਕੁਛ ਨਹੀਂ ਕਰੋਨਾ ਨਹੀਂ ਜੇ ਨਹੀਂ ਬੋਹ ਨਹੀਂ ਮੈਨੂੰ ਪਤਾ ਕੁਛ ਲੋਕ ਹੋਰ ਖਿਆਲਾਂ ਦੇ ਬੰਦੇ ਨੇ ਬਾਈ ਜਿਹਦਾ ਬਾਈ ਆਪਦਾ ਬੰਦਾ ਮਰ ਜਾਂਦਾ ਨਾ ਠੀਕ ਹੈ ਆਪਦਾ ਘਰ ਦਾ ਬੰਦਾ ਮਰ ਜਾਂਦਾ ਜਾਂ ਆਪਦਾ ਕੋਈ ਖਾਸ ਬੰਦਾ ਮਰ ਜਾਂਦਾ ਉਹਨੂੰ ਪੁੱਛ ਕੇ ਦੇਖੋ ਵੀ ਕਰੋਨਾ ਹੈਗਾ ਜਾਂ ਨਹੀਂ ਹੈਗਾ ਬਹੁਤ ਲੋਕ ਬਾਈ ਬੁਰਾ ਹਾਲ ਹੋਇਆ ਪਿਆ ਬਹੁਤੇ ਹਸਪਤਾਲਾਂ 'ਚ ਬੈੱਡ ਨਹੀਂ ਮਿਲ ਰਹੇ ਮੈਨੂੰ ਇੱਕ ਮੈਂ ਇਹ ਹੈਰਾਨਗੀ ਦੀ ਗੱਲ ਹੈ ਵੀ ਅੱਗੇ ਤਾਂ ਨਿਊਜ਼ ਵਾਲੇ ਜਦੋਂ ਪਹਿਲਾਂ ਕਰੋਨਾ ਵਾਇਰਸ ਚੱਲਿਆ ਸੀ ਬੜੀਆਂ ਖਬਰਾਂ ਦਿਖਾਉਂਦੇ ਹੁੰਦੇ ਸੀ ਵੀ ਆਹ ਇੰਨੇ ਮਰ ਗਏ ਜੇ ਮਰ ਗਏ ਹੁਣ ਪਤਾ ਨਹੀਂ ਕੀ ਚੱਕਰ ਹੈ ਕੁਛ ਨਹੀਂ ਦਿਖਾ ਰਹੇ ਮਾੜਾ ਮੋਟਾ ਜਾਂ ਬਸ ਦਿਖਾ ਕੇ ਬਸ ਆਕਸੀਜਨ ਹੋ ਗਿਆ ਜੇ ਹੋ ਗਿਆ ਇੰਨੀਆਂ ਚੀਜ਼ਾਂ ਦਿਖਾ ਕੇ ਬਸ ਬੰਦ ਕਰ ਰਹੇ ਨੇ ਪਰ ਕਰੋਨਾ ਹੈਗਾ ਬਾਈ ਹਸਪੀਟਲਾਂ ਦੇ ਵਿੱਚ ਬੁਰਾ ਹਾਲ ਹੈ ਜਿਹੜੇ ਡਾਕਟਰਾਂ ਦੀ ਲੱਖ ਲੱਖ ਡੇਢ ਲੱਖ ਤਨਖਾਹ ਗਈ ਉਹ ਬਾਬੇ ਘਰੇ ਬੈਠੇ ਨੇ ਉਹਨਾਂ ਨੇ ਪੰਜ ਦਸ ਹਜ਼ਾਰ ਤੇ ਬੁਰੇ ਬੰਦੇ ਰੱਖ ਰੱਖੇ ਨੇ ਬਹੁਤੇ ਥਾਵਾਂ 'ਤੇ ਡਾਕਟਰ ਅਸਤੀਫਾ ਦੇ ਕੇ ਵੀ ਚਲੇ ਗਏ ਸੋ ਬਹੁਤ ਬੁਰੇ ਹਾਲਾਤ ਨੇ ਜਿਹੜਾ ਪਹਿਲਾ ਕਰੋਨਾ ਵਾਇਰਸ ਆਇਆ ਸੀਗਾ 2020 ਦੇ ਵਿੱਚ ਉਦੋਂ ਮੈਂ ਸ਼ਹਿਰਾਂ ਸ਼ੂਰਾਂ ਦੇ ਵਿੱਚ ਬੰਦੇ ਮਰੇ ਸੀ ਬਟ ਮੈਂ ਪਿੰਡਾਂ ਦੇ ਵਿੱਚ ਬੰਦੇ ਮਰਦੇ ਨਹੀਂ ਸੀ ਦੇਖੇ ਉਦੋਂ ਮੈਂ ਰਿਸ਼ਤੇਦਾਰਾਂ 'ਚ ਹੋਰ ਆਪਦੇ ਯਾਰਾਂ ਬੇਲੀ ਨਾਲ ਗੱਲ ਕਰੀ ਉਦੋਂ ਕਹਿੰਦੇ ਵੀ ਸਾਡੇ ਤਾਂ ਅਜੇ ਤੱਕ ਠੀਕ ਹੈ ਬਟ ਇਸ ਵਾਰ ਬਹੁਤੇ ਬੰਦਿਆਂ ਨੇ ਮੈਨੂੰ ਫੋਨ ਵੀ ਆਏ ਨੇ ਖਾਸ ਮੈਂ ਪੁੱਛਦਾ ਰਹਿਣਾ ਉਹਨਾਂ ਨੂੰ ਉਹ ਕਹਿੰਦੇ ਬਈ ਖੁਦ ਅਸੀਂ ਕਰੋਨਾ ਦੇ ਪੇਸ਼ੈਂਟ ਰਹਿ ਚੁੱਕੇ ਹਾਂ ਖੁਦ ਆਪ ਉਹ ਦੱਸ ਰਹੇ ਨੇ ਕਿ ਸਾਡੇ ਰਿਸ਼ਤੇ 'ਚ ਬੰਦੇ ਮਰ ਰਹੇ ਨੇ ਠੀਕ ਆ ਹੁਣ ਇਸ ਵਾਰ ਸੱਚ ਹੈ ਮੈਂ ਖੁਦ ਆਪ ਬੰਦੇ ਕਰੋਨਾ ਮਰਦੇ ਦੇਖੇ ਨੇ ਕਰੋਨਾ ਦੇ ਕੀ ਲੱਛਣ ਨੇ ਕਰੋਨਾ ਬਾਬੇ ਉਹ ਇੱਕ ਪਹਿਲੀ ਸਟੇਜ ਆ ਠੀਕ ਆ ਪਹਿਲੀ ਸਟੇਜ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਨੂੰ ਬੁਖਾਰ ਚੜ੍ਹਨ ਲੱਗ ਗਿਆ ਬੁਖਾਰ ਚੜ੍ਹਨ ਲੱਗ ਗਿਆ ਸਿਰ ਭਾਰੀ ਹੋਣ ਲੱਗ ਗਿਆ ਸਿਰ ਦਰਦ ਹੋਣ ਲੱਗ ਗਿਆ ਲੱਤਾਂ ਦੁਖਣ ਲੱਗ ਗਈਆਂ ਠੀਕ ਹੈ ਅਤੇ ਤੁਹਾਨੂੰ ਨੀਂਦ ਨਹੀਂ ਆਉਂਦੀ ਮਤਲਬ ਤੁਹਾਡਾ ਸਰੀਰ ਥੱਕ ਗਿਆ ਮਤਲਬ ਤੁਸੀਂ ਤੁਰ ਨਹੀਂ ਫਿਰ ਨਹੀਂ ਸਕਦੇ ਥਕਾਵਟ ਮਹਿਸੂਸ ਕਰਨ ਲੱਗ ਗਿਆ ਪਹਿਲਾ ਲੱਛਣ ਹੈ ਅਤੇ ਉਹ ਅੱਜ ਕੱਲ੍ਹ ਸੈੱਲ ਸੁੱਲ ਵੀ ਘੱਟ ਰਹੇ ਨੇ ਬਹੁਤ ਕੁਛ ਹੋ ਰਿਹਾ ਹੈ ਇੰਨੀਆਂ ਜਿਹੀਆਂ ਬਿਮਾਰੀਆਂ ਵੀ ਹੋ ਰਹੀਆਂ ਨੇ ਬਟ ਇਹ ਪਹਿਲੀ ਸਟੇਜ ਆ ਦੂਜੀ ਸਟੇਜ ਦੇ ਵਿੱਚ ਕੀ ਹੁੰਦਾ ਸਮੈਲ ਉਹਨੂੰ ਹਟ ਜਾਂਦੀ ਬਾਬੇ ਤੁਹਾਨੂੰ ਕਿਸੇ ਦੀ ਵੀ ਸਮੈਲ ਨਹੀਂ ਆਉਂਦੀ ਜੇ ਕੋਲੇ ਬੈਠੇ ਨੇ ਇਹਨੇ ਜਿਵੇਂ ਪਦ ਮਾਰਿਆ ਮੇਰੇ ਦਾ ਪਦ ਦੀ ਸਮੈਲ ਵੀ ਨਹੀਂ ਆਉਂਦੀ ਉਹ ਦੂਜੀ ਸਟੇਜ ਆ ਤੁਸੀਂ ਖਾਓਗੇ ਨੂਣ ਮਿਰਚ ਤੁਹਾਨੂੰ ਪਤਾ ਹੀ ਲੱਗਦਾ ਆ ਅਤੇ ਦੂਜੀ ਸਟੇਜ ਦੇ ਵਿੱਚ ਤੀਜੀ ਸਟੇਜ ਦੇ ਵਿੱਚ ਕੀ ਹੁੰਦਾ ਕਿ ਬੰਦੇ ਦਾ ਬਾਬੇ ਸਾਹ ਉਹਨੂੰ ਹਟ ਜਾਂਦਾ ਠੀਕ ਆ ਮੈਨੂੰ ਜਿੰਨੀ ਕੁ ਨੌਲੇਜ ਆ ਮੈਂ ਦੱਸ ਰਿਹਾ ਬਾਕੀ ਜਿੰਨਾ ਕੁ ਮੈਨੂੰ ਪਤਾ ਮੈਂ ਉਹਦੇ ਬਾਰੇ ਦੱਸ ਰਿਹਾ ਅਤੇ ਬਾਕੀ ਇਹ 3-4 ਕੰਮ ਨੇ ਬਾਬੇ ਉਸ ਤੋਂ ਬਾਅਦ ਬੰਦਾ ਸਿੱਧਾ ਤਾਂ ਹੀ ਜਾਂਦਾ ਜੇ ਪਹਿਲਾਂ ਹੱਲ ਹੋ ਜੇ ਜਦੋਂ ਵੱਧ ਜਾਂਦਾ ਬਾਬੇ ਉਹ ਆਕਸੀਜਨ ਮਿਲ ਨਹੀਂ ਰਹੀ ਤੁਹਾਨੂੰ ਪਤਾ ਹੀ ਆ ਕਿਉਂਕਿ ਹਸਪੀਟਲਾਂ ਦੇ ਵਿੱਚ ਆਕਸੀਜਨ ਵਾਸਤੇ ਬੈੱਡ 5-6 ਹੁੰਦੇ ਨੇ ਵੱਧ ਤੋਂ ਵੱਧ ਆਕਸੀਜਨ ਨਹੀਂ ਪਹਿਲਾਂ ਲੋੜ ਹੀ ਨਹੀਂ ਪੈਂਦੀ ਇੰਨੀ ਐਮਰਜੈਂਸੀ ਜਾਂ ਤਾਂ ਕਿਸੇ ਹਰਮੀਆਂ ਦਾ ਆਪਰੇਸ਼ਨ ਹੁੰਦਾ ਹੁੰਦਾ ਜਾਂ ਕੋਈ ਸੀਰੀਅਸ ਮਰੀਜ਼ ਹੁੰਦਾ ਉਦੋਂ ਆਕਸੀਜਨ ਦੀ ਲੋੜ ਪੈਂਦੀ ਹੁੰਦੀ ਹੈ ਹਰੇਕ ਹਸਪੀਟਲ 'ਚ ਬਸ 5-7 ਬੈੱਡ ਹੁੰਦੇ ਨੇ ਬਟ ਹੁਣ ਵੀ ਹੁਣ ਕੀ ਹੋਇਆ ਹੁਣ ਸਾਰੇ ਬੰਦੇ ਸੀਰੀਅਸ ਨੇ ਹੁਣ ਜਿੰਨੇ ਹੁਣ ਬਾਬੇ ਹਸਪਤਾਲ 'ਚ ਜਾਣ ਨੂੰ ਕਿਹਦਾ ਜੀ ਕਰਦਾ ਇੰਨੀ ਭੈੜੀ ਬਿਮਾਰੀ ਚੱਲ ਰਹੀ ਹੈ ਕੌਣ ਜਾਂਦਾ ਜੇ ਕਿਸੇ ਨੂੰ ਸਾਹ ਦੀ ਦਿੱਕਤ ਹੈ ਤਾਂ ਹੀ ਜਾਂਦੇ ਨੇ ਸਾਹ ਉਹਨੂੰ ਹਟ ਜਾਂਦਾ ਕਰੋਨਾ ਕਰਕੇ ਹਸਪਤਾਲ ਭਰੇ ਪਏ ਨੇ ਥਾਂ ਮਿਲਦਾ ਨਹੀਂ ਪ੍ਰਾਈਵੇਟ ਵਾਲੇ ਹਸਪਤਾਲਾਂ 'ਚ ਇੰਨੀ ਲੁੱਟ ਹੈ ਸਰਕਾਰੀ 'ਚ ਡਰਦੇ ਜਾਂਦੇ ਨੇ ਕੋਈ ਕਹਿੰਦਾ ਵੀ ਕਿਡਨੀ ਕੱਢ ਲੈਂਦਾ ਕੋਈ ਕਿਵੇਂ ਕਰ ਲੈਂਦਾ ਮੈਨੂੰ ਇਹਦੇ ਬਾਰੇ ਤਾਂ ਮੈਨੂੰ ਕੋਈ ਸਮਝੋ ਬਾਹਰ ਹੈ ਵੀ ਕਿਡਨੀ ਕੱਢ ਲੈਂਦੇ ਨੇ ਕੀ ਗੱਲਬਾਤ ਹੈ ਮੈਨੂੰ ਇਹਦੇ ਬਾਰੇ ਤਾਂ ਕੁਝ ਇੰਨਾ ਨੌਲੇਜ ਹੈ ਨਹੀਂ ਬਟ ਬਾਬਿਓ ਕਰੋਨਾ ਵਾਇਰਸ ਹੈਗਾ ਬੰਦੇ ਮਰ ਰਹੇ ਨੇ ਇਹ ਸੱਚ ਹੈ ਠੀਕ ਹੈ ਤੇ ਬਹੁਤ ਬੰਦੇ ਬਿਮਾਰ ਹੋਏ ਨੇ ਇਹਨੂੰ ਵੀ ਖੰਘ ਬੁਖਾਰ ਜ਼ੁਕਾਮ ਹੋ ਗਿਆ ਸੀ ਮੈਂ ਵੀ ਬਾਬੇ ਬਿਮਾਰ ਕਈ ਬੰਦੇ ਮੈਂ ਬਾਬੇ ਅੱਜ ਮੈਂ ਵੀ ਬਿਮਾਰ ਹੋ ਗਿਆ ਸੀਗਾ ਸਾਡੀ ਟੀਮ ਦੇ ਬਾਬੇ ਸਾਰੇ ਬੰਦੇ ਖੰਘ ਬੁਖਾਰ ਜ਼ੁਕਾਮ ਜਾਂ ਹੋ ਗਿਆ ਸੀਗਾ ਤੇ ਬਾਬਿਓ ਮੈਂ ਬਾਬੇ ਉਹਦੀ ਮੇਰੇ ਉਹ ਹਲਕ 'ਚ ਆ ਗਏ ਮਹਾਂ ਲੈ ਵੀ ਕੰਮ ਖਤਮ ਹੈ ਬਾਬੇ ਆਹ ਪਾਣੀ ਦੀ ਬੋਤਲ ਭਰੀ ਹੋਈ ਹੈ ਤੱਤਾ ਪਾਣੀਆਂ 'ਚ ਪੂਰਾ ਜਿਵੇਂ ਚਾਹ ਨਹੀਂ ਆਪਾਂ ਪੀਂਦੇ ਹੁੰਦੇ ਤੱਤਾ ਪਾਣੀ ਉਵੇਂ ਤੱਤਾ ਪਾਣੀ ਇਹ 'ਚ ਪਾਇਆ ਹੋਇਆ ਮੇਰਾ ਇੱਕ ਤਾਂ ਯਾਰ ਤੁਸੀਂ ਕੋਕ ਕੱਕ ਪੀਣਾ ਬੰਦ ਕਰ ਦਿਓ ਵਧੀਆ ਰਹੋਗੇ ਠੰਡੀਆਂ ਚੀਜ਼ਾਂ ਜਮ੍ਹਾਂ ਬੰਦ ਕਰ ਦਿਓ ਮੈਂ ਠੰਡਾ ਸਮਾਨ ਖਾਂਦਾ ਪੀਂਦਾ ਰਿਹਾ ਉਸ ਤੋਂ ਬਾਅਦ ਮੇਰਾ ਸਿਰ ਦਰਦ ਉਹੀ ਲੱਛਣ ਯਾਰ ਲੱਤਾਂ ਭਾਰੀ ਹੋ ਗਈਆਂ ਮੈਂ ਕਿਹਾ ਭੈਣ ਜੀ ਡਾਂਗ ਲਵੇ ਟੈਸਟ ਕਰਾਉਣ ਨਾਲ ਤਾਂ ਕੀ ਹੈ ਘਰੇ ਇਹਦਾ ਹੱਲ ਹੈਗਾ ਤੁਹਾਨੂੰ ਦਾਖਲ ਹੋਣ ਦੀ ਲੋੜ ਨਹੀਂ ਜੇ ਤੁਹਾਨੂੰ ਮਾੜਾ ਜਿਹਾ ਵੀ ਲੱਛਣ ਲੱਗਦੇ ਨੇ ਸਾਰਾ 100-200 ਰੁਪਏ ਦਾ ਸਮਾਨ ਹੈ ਕਿੱਡੀ ਗੱਲ ਹੈ ਉਹ ਵੀ ਉਹ ਤੁਹਾਡੇ ਵਾਸਤੇ ਚੰਗਾ ਤੁਹਾਡਾ ਇਮਿਊਨਿਟੀ ਸਿਸਟਮ ਸਟਰੋਂਗ ਕਰਦਾ ਠੀਕ ਹੈ
ਤੁਸੀਂ ਘਰੇ ਬੈਠੇ ਆਪਦਾ ਇਲਾਜ ਕਰ ਸਕਦੇ ਹੋ। ਰੈਸਟ ਕਰੋ, ਗਰਮ ਪਾਣੀ ਪੀਓ, ਠੰਡੀਆਂ ਚੀਜ਼ਾਂ ਜਮਾਂ ਬੰਦ ਕਰ ਦਿਓ। ਠੀਕ ਹੈ, ਆਹ ਚੀਜ਼ਾਂ ਅਸੀਂ ਲੈ ਕੇ ਆਏ ਹਾਂ। ਠੀਕ ਹੈ, ਅੱਜ ਮੈਂ ਆਪਦੇ ਵਾਸਤੇ ਲੈ ਕੇ, ਸਾਰਿਆਂ ਵਾਸਤੇ ਲੈ ਕੇ ਆਏ ਹਾਂ। ਕਿੰਨਾ ਸਮਾਨ ਆਇਆ ਹੋਏ? 190 ਦਾ ਆਇਆ। 190 ਦਾ ਸਮਾਨ ਆਇਆ ਬਾਬੇ, ਸਾਰੇ ਟੱਬਰ ਵਾਸਤੇ ਵਾਧੂ ਹੈ। ਸੋ ਇਹ ਚੀਜ਼ਾਂ ਤੁਸੀਂ ਲੈ ਕੇ ਆ ਕੇ ਘਰ ਹੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਮੈਂ ਕੋਈ ਆਪਦੇ ਕੋਲੋਂ ਨਹੀਂ ਕਰਿਆ, ਮੈਂ ਵੀ ਯੂਟਿਊਬ ਤੋਂ ਹੀ ਦੇਖਿਆ ਹੈ। ਬਹੁਤ ਲੋਕ ਡਾਕਟਰ ਵੀ ਦੱਸ ਰਹੇ ਨੇ ਚੀਜ਼ਾਂ ਵਰਤ ਰਹੇ ਨੇ, ਘਰੇ ਇਲਾਜ ਹੈ, ਤੇ ਮੈਂ ਤਾਂ ਕਰਕੇ ਤੁਹਾਨੂੰ ਇਹ ਦੱਸ ਰਿਹਾ। ਆ ਜਾ ਵੀ ਨਾ, ਤੇ ਦੱਸ ਬਾਈ, ਆਹ ਤਾਂ ਹੈਗਾ ਤੇਜ ਪੱਤਾ। ਤੇਜ ਪੱਤਾ, ਆਹ ਤੇਜ ਪੱਤਾ ਇੱਕ ਲਿਖ ਲਓ, ਤੇਜ ਪੱਤਾ। ਕੀ ਆਹ ਕੀ ਆ? ਫੁੱਲ ਸਿੱਟ ਲੋ ਤੇ ਇਹ ਉਹ ਆਦੇ ਨਾਲੋਂ ਬਾਬੇ ਘੱਟ ਤੇਜ ਹੈਗਾ, ਤੇ ਉਹ ਆਦਾ ਬਾਹਲਾ ਤੇਜ ਹੁੰਦਾ, ਗਰਮ ਬਾਹਲਾ ਹੁੰਦਾ, ਤੇ ਹੁਣ ਇੱਕ ਤਾਂ ਗਰਮੈਸ਼ ਮੂੰਹ ਆ, ਤੇ ਆਦਾ ਗਰਮੈਸ਼ ਸਰੀਰ ਨੂੰ ਵੱਧ ਕਰ ਦਿੰਦਾ, ਤਾਂ ਕਰਕੇ ਆਹ ਆਦਾ ਲਿਆਂਦਾ। ਇਹ ਬਾਬੇ ਬਸ ਥੋੜਾ ਥੋੜਾ ਪਾਉਣਾ ਵੀ ਆਪਣੇ ਹਿਸਾਬ ਦੇ ਨਾਲ, ਜਿਵੇਂ ਆਹ ਸੌਂਫ ਹੋ ਗਈ, ਅਜਵਾਇਣ ਆ, ਜਵਾਇਣ ਆਹ ਬਾਬੇ ਅਜਵਾਇਣ ਆ, ਠੀਕ ਹੈ, ਲੈਚੀਆਂ, ਆਹ ਲੈਚੀ ਆ, ਹਰੀ ਲੈਚੀ ਆ, ਠੀਕ ਹੈ, ਮਿਰਚਾਂ, ਆਹ ਕਾਲੀ ਮਿਰਚ, ਕਾਲੀ ਮਿਰਚ ਥੋੜਾ ਜਿਹਾ ਰਗੜ ਕੇ ਪਾਉਣਾ, ਠੀਕ ਹੈ, ਮਤਲਬ ਵੀ ਤੂੰ ਕੁੱਟ ਕੇ ਭੰਨ ਕੇ ਪਾਉਣੀ ਆ, ਤੁਸੀਂ ਬਰੀਕ ਪੀਸੀ ਹੋਣੀ, ਲੇਕਿਨ ਇਹਨੂੰ ਕੁੱਟ ਕੇ ਪਾਉਣੀ ਆ, ਠੀਕ ਹੈ। ਤੇ ਆਹ ਲੌਂਗ ਨੇ, ਠੀਕ ਹੈ, ਤੇ ਆਹ ਹਲਦੀ ਆ, ਆਹ ਹਲਦੀ ਹੈ, ਇਹਨੂੰ ਵੀ ਮਤਲਬ ਕਿ ਤੁਸੀਂ ਬਾਹਲਾ ਨਹੀਂ ਪਾਉਣਾ, ਠੀਕ ਹੈ। ਇਹ ਬਾਬਿਓ ਇਹ ਡਾਇਲ ਘੁਮਾਉਣ ਦਾ, ਮਾੜੇ ਚੀੜੇ ਬੰਦੇ ਦੇ ਲੱਤਾਂ ਨਹੀਂ ਲੱਗਦੀਆਂ, ਇਹ ਪੀ ਲਿਆ, ਇਹਨੂੰ ਬੱਤਕ ਦਾ ਪਾਓ, ਠੀਕ ਹੈ, ਉਹਨੂੰ ਪਾ ਕੇ ਦੇਖੋ ਤੁਹਾਡਾ ਸਰੀਰ ਚੱਲਦਾ, ਫਿਰ ਮਾੜਾ ਮਾੜਾ ਵਧਾ ਲਓ, ਮਾੜੀ ਮਾੜੀ ਚੀਜ਼ਾਂ ਪਾ ਲਓ, ਠੀਕ ਹੈ, ਅੱਜ ਹਿਸਾਬ ਦੇ ਨਾਲ ਤੁਲਸੀ ਦੇ ਪੱਤੇ ਰਹਿ ਗਏ, ਗੁੜ ਦੀ ਡਲੀ, ਇੱਕ ਗੁੜ ਦੀ ਡਲੀ ਰਹਿ ਗਈ, ਠੀਕ ਹੈ, ਉਹ ਅਸੀਂ ਲੈ ਕੇ ਨੀ ਆਏ, ਦੁਕਾਨ ਤੋਂ ਲੈ ਕੇ ਆਏ ਸੀ, ਉਹਦਾ ਆਪਣੇ ਘਰ ਹੀ ਹੈਗਾ। ਤੁਲਸੀ ਦੇ ਪੱਤੇ ਪਾ ਲਓ 2-3, ਤੇ ਇੱਕ ਗੁੜ ਦੀ ਡਲੀ ਪਾ ਲਓ, ਉਹਦਾ ਕਾੜਾ ਬਣਾ ਕੇ ਬਾਬਿਓ ਤੜਕੇ ਆਥਰੇ ਦੁਪਹਿਰੇ ਪੀਓ। 3-4 ਦਿਨ ਤੁਸੀਂ ਇਹੀ ਕੰਮ ਕਰਨਾ, ਜੇ ਤੁਹਾਡੇ 'ਚ ਲੱਛਣ ਲੱਗਦੇ ਨੇ, ਤੁਹਾਨੂੰ ਦਾਖਲ ਹੋਣ ਦੀ ਲੋੜ ਨਹੀਂ। ਪਹਿਲੇ ਹੀ ਜਦੋਂ ਤੁਹਾਡੇ 'ਚ ਐਂ ਲੱਗਿਆ ਵੀ ਮੈਨੂੰ ਮਾੜਾ ਜਿਹਾ ਐਂ ਲੱਗਦਾ ਦਿੱਕਤ, ਕਿਉਂਕਿ ਬਾਬਿਓ ਸਾਡੀ ਸਾਰੀ ਟੀਮ ਮੰਨ ਕੇ ਚੱਲ, ਐਂ ਜਿਹਾ ਲੱਗਦਾ ਸੀਗਾ ਸਾਰਿਆਂ ਨੂੰ, ਮਤਲਬ ਕਿ ਜਿਹਦੇ ਨਾਲ ਵੀ ਗੱਲ ਕਰਦਾ ਹਰੇਕ ਕਹਿੰਦਾ ਯਾਰ ਮੈਨੂੰ ਬੁਖਾਰ ਜਾਂ ਐਂ ਦਿੱਕਤ ਹਰੇਕ ਹੋ ਰਹੀ ਹੈ। ਬਸ ਇੱਕ ਡੋਲੋ ਜਿਹੜੀ ਗੋਲੀ ਹੈ ਉਹ ਲੈਣੀ ਆ ਤੁਸੀਂ, ਜੇ ਮਤਲਬ ਕਿ ਤੁਹਾਨੂੰ ਬੜਾ ਬੁਖਾਰ ਚੜ੍ਹ ਰਿਹਾ, ਇੱਕ ਗੋਲੀ ਲੈਣੀ ਹੈ। ਜੇ ਤੁਹਾਡਾ ਜਮੀ ਨਹੀਂ ਉੱਤਰ ਰਿਹਾ, ਫਿਰ ਤੁਸੀਂ 1.5 ਗੋਲੀ ਲੈਣੀ ਹੈ। ਸਾਰਾ ਬਾਬੇ 100-200 ਰੁਪਏ, 200 ਰੁਪਏ ਦਾ ਸਮਾਨ ਹੈ, 200 ਰੁਪਏ ਨਾਲ ਤੁਸੀਂ ਠੀਕ ਹੋ ਜਾਓਗੇ। ਜੇ ਤੁਸੀਂ ਪ੍ਰਾਈਵੇਟ ਹਸਪਤਾਲਾਂ 'ਚ ਗਏ, ਤੁਹਾਡਾ ਬਾਬੇ ਨੂੰ ਤਾਂ 1 ਲੱਖ ਲੱਗ ਜਾਏ, 2 ਲੱਖ ਲੱਗ ਜਾਏ, ਨਹੀਂ ਤਾਂ ਉੱਥੇ ਮਰ ਵੀ ਜਾਓ। ਜਦੋਂ ਤੁਹਾਡੇ 'ਚ ਮਾੜੇ ਜਿਹੇ ਲੱਛਣ ਆਉਂਦੇ ਨੇ, ਆਹ ਚੀਜ਼ਾਂ ਨੇ ਘਰੇ ਬੈਠ ਕੇ ਪ੍ਰੈਕਟੀਕਲ ਕਰਨੀਆਂ ਨੇ। ਇਹ ਕਾੜਾ ਬਣਾ ਕੇ ਪੀਣਾ, ਗਰਮ ਪਾਣੀ ਪੀਣਾ, ਗਰਮ ਜਿਵੇਂ ਚਾਹ ਤੱਤਾ ਪਾਣੀ ਹੁੰਦਾ ਉਵੇਂ ਪੀਣਾ, ਅਤੇ ਡੋਲੋ ਗੋਲੀ ਲੈਣੀ ਜੇ ਬੁਖਾਰ ਚੜ੍ਹਦਾ। ਮੇਰੇ ਤਾਂ ਲੱਤਾਂ, ਸਿਰ ਦਰਦ, ਥਕਾਵਟ ਜੀ ਮਹਿਸੂਸ ਹੋ ਰਹੀ ਸੀ, ਬਸ ਇਹ ਚੀਜ਼ਾਂ ਦਾ ਪ੍ਰੈਕਟੀਕਲ ਕਰਨਾ ਤੁਹਾਨੂੰ ਬਾਬੇ ਕੁਛ ਨਹੀਂ ਹੁੰਦਾ। ਹਸਪਤਾਲਾਂ 'ਚ ਵੀ ਇਹੀ ਚੀਜ਼ਾਂ ਦੇ ਰਹੇ ਨੇ, ਐਵੇਂ ਉੱਥੇ ਲੁੱਟੀ ਜਾਂਦੇ ਨੇ, ਨਾਲ ਤਾਂ ਉੱਧਰ ਰੁਪਈਏ ਲਾ ਲੈਣਗੇ, ਨਾਲੇ ਇਹੀ ਚੀਜ਼ਾਂ ਨੇ, ਇਹੀ ਚੀਜ਼ਾਂ ਇਲਾਜ ਆ ਬਾਬਿਓ। ਅਤੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਚੀਜ਼ਾਂ ਨੂੰ ਮਜ਼ਾਕ 'ਚ ਨਾ ਲਓ, ਵੀ ਕੁਛ ਨਹੀਂ ਕਰੋਨਾ, ਐਂ ਨਹੀਂ ਬਾਹ ਨਹੀਂ। ਬਾਬਿਓ ਜਿਨ੍ਹਾਂ ਦੇ ਮਰ ਗਏ ਨਾ, ਉਹਨਾਂ ਨੂੰ ਪੁੱਛ ਕੇ ਦੇਖੋ, ਮੁੜ ਕੇ ਬਾਬੇ ਬੇੜਾ ਹੱਥ ਨਹੀਂ ਆਉਂਦਾ ਹੈਗਾ, ਮੁੜ ਕੇ ਹਸਪਤਾਲ 'ਚ ਬੈੱਡ ਨਹੀਂ ਮਿਲਦਾ, ਫਿਰ ਤੇਰੇ ਵਰਗਾ ਕਰਦਾ ਹੋਇਆ ਕੀ ਹੁੰਦਾ ਹੈ? ਜੋ ਕਿਸੇ ਨੂੰ ਹੋ ਜਾਂਦਾ ਨਾ, ਉਦੋਂ ਪੁੱਛਦਾ ਬਈ ਉਹ ਤਾਂ ਸੱਚੀ ਹੋ ਗਿਆ ਯਾਰ, ਸਾਡੇ ਬੁੜੇ ਨੂੰ ਤਾਂ ਸਾਹ ਨਹੀਂ ਆਉਂਦਾ ਇਹਨੂੰ। ਸੋ ਬੁੜੇ ਬੁੜੀਆਂ ਨੂੰ ਖਾਸ ਤੌਰ 'ਤੇ ਬਚਾ ਕੇ ਰੱਖੋ, ਕਿਉਂਕਿ ਨੌਜਵਾਨ ਬੰਦਾ ਤਾਂ ਬਚ ਜਾਂਦਾ, ਬੁੜੇ ਬੁੜੀਆਂ ਨੂੰ ਬਹੁਤ ਔਖਾ, ਅਤੇ ਬੱਚਿਆਂ ਨੂੰ। ਅਤੇ ਆਹ ਚੀਜ਼ਾਂ ਕਾੜਾ ਜ਼ਰੂਰ ਪਿਆਉਣਾ, ਠੀਕ ਹੈ, ਆਹ ਸਾਰੀਆਂ ਚੀਜ਼ਾਂ ਦੁਬਾਰਾ ਫਿਰ ਦੱਸ ਦਿੰਦੇ ਇਹਨਾਂ ਨੂੰ, ਦੱਸ ਤੇਜ਼ ਪੱਤਾ ਕਿੰਨਾ ਕਿੰਨਾ ਕੁ ਪਾਉਣਾ ਉਹਨਾਂ ਨੇ। ਤੇਜ਼ ਪੱਤਾ ਆਹ ਫਿਰ ਬੋਲਿਆ ਨਾ ਮੈਂ, ਦਾਲਚੀਨੀ, ਲੈਚੀਆਂ, ਠੀਕ ਹੈ, ਹਰੀਆਂ ਲੈਚੀਆਂ, ਅਤੇ ਆਹ ਹੈਗੀ ਆ ਹਲਦੀ, ਜਮੈਣ, ਅਤੇ ਲੌਂਗ, ਕਾਲੀ ਮਿਰਚ, ਅਤੇ ਆਦਾ, ਆਦਾ ਸੁੱਕਿਆ ਹੋਇਆ ਆਦਾ, ਠੀਕ ਹੈ, ਅਤੇ ਆਹ ਡੋਲੋ ਹੈ, ਅਤੇ ਆਹ ਗਰਮ ਪਾਣੀ, ਇੱਕ ਗੁੜ ਦੀ ਡਲੀ, ਅਤੇ ਇੱਕ ਤੁਲਸੀ ਦੇ ਪੱਤੇ, ਅਤੇ ਗੁੜ ਦੀ ਡਲੀ ਅਤੇ ਤੁਲਸੀ ਦੇ ਪੱਤੇ ਪਾ ਕੇ ਕਾੜਾ ਤਿਆਰ ਕਰ ਲਓ। ਜਿਹੜਾ ਤੇਰੇ ਕੋਲ ਇਹ ਸਮਾਨ ਹੈ, ਇਹ ਕਿੰਨੇ ਟਾਈਮ ਦਾ ਸਮਾਨ ਹੈ? ਇਹ ਘੱਟੋ ਘੱਟ ਮਹੀਨੇ ਦਾ ਸਮਾਨ ਹੈ, ਇਹਦੇ ਨਾਲ ਜੇ ਤੁਹਾਡੇ 5 ਜਣਿਆਂ ਨੇ ਵੀ ਹੋ ਗਿਆ, 5 ਦੇ 5 ਮਰੀਜ਼ਾਂ ਨੂੰ ਠੀਕ ਕਰ ਦੂੰਗੀ, ਠੀਕ ਹੈ। ਅਤੇ ਬਾਹਲਾ ਤੇਜ਼ ਨਾ ਪਾਇਓ, ਪਹਿਲਾਂ ਬੱਤਕ ਦਾ ਪਾ ਕੇ ਦੇਖ ਲਓ, ਕਿਉਂਕਿ ਹਲਾ ਆਉਂਦਾ, ਕਹਿੰਦੇ ਸਿਸਟਮ ਬਹੁਤ ਗਰਮ ਚੀਜ਼ ਹੈ, ਦੱਸਦੇ ਬਾਅਦ ਦੇ ਵਿੱਚ ਗਰਮ ਗਰਮ ਇਹ ਗਰਮੈਸ਼ ਵੀ ਕਰਦਾ, ਠੀਕ ਹੈ। ਸੋ ਇਹੀ ਹੱਲ ਆ ਕਰੋਨਾ ਵਾਇਰਸ ਤੋਂ ਬਚਣ ਦਾ। ਸੋ ਬਾਬੇ ਉਹ ਬਿਮਾਰੀ ਬਹੁਤ ਫੈਲ ਰਹੀ ਹੈ। ਬਾਕੀ ਗੱਲਬਾਤ ਕਰਦੇ ਹਾਂ ਆਪਾਂ ਲੋਕਡਾਊਨ ਦੀ। ਹੁਣ ਨਾ ਤਾਂ ਸਰਕਾਰ ਨੇ ਯਾਰ ਲੋਕਡਾਊਨ ਲਾਇਆ, ਠੀਕ ਹੈ, ਨਾ ਜ਼ਿਆਦਾ ਸਿਸਟਮ ਸਾਰੇ ਹੀ ਬੰਦ ਕਰ ਦਿੰਦੇ, ਠੀਕ ਹੈ, ਮੈਂ ਆਪਦੇ ਹਿਸਾਬ ਨਾਲ ਕਹਿ ਰਿਹਾ, ਠੀਕ ਹੈ, ਜ਼ਿਆਦਾ ਸਮਾਰਕ ਹੀ ਬੰਦ ਕਰਦੇ ਜਾਂ ਫਿਰ ਚਲਾਈ ਦੇ। ਹੁਣ ਨਾ ਤਾਂ ਬੰਦੇ ਉੱਧਰ ਦੇ ਨਾ ਉੱਧਰ ਦੇ ਯਾਰ, 12 ਐਤਵਾਰ ਨੂੰ ਬੰਦ ਹੈ, ਠੀਕ ਹੈ, 5 ਵਜੇ ਤੋਂ ਬਾਅਦ ਬੰਦ ਹੈ, ਕੋਈ ਸਰਕਾਰੀ ਦਫ਼ਤਰ ਨਹੀਂ ਖੁੱਲ੍ਹ ਰਿਹਾ, ਠੀਕ ਹੈ, ਕੋਈ ਬੈਂਕਾਂ 'ਚ ਕੰਮ ਨਹੀਂ ਹੋ ਰਿਹਾ, ਕੋਈ ਕੋਰਟ ਕਚਹਿਰੀਆਂ 'ਚ ਕੰਮ ਨਹੀਂ ਹੋ ਰਿਹਾ, ਕੋਈ ਕੰਮ ਹੋ ਰਿਹਾ, ਸਾਰਾ ਕੋਈ ਬੰਦ ਵਾਲਾ ਸਿਸਟਮ ਹੀ ਹੈ, ਕੋਈ ਬੱਸਾਂ, ਕੋਈ ਸਿਸਟਮ ਨਹੀਂ, ਜਾਂ ਤਾਂ ਸਮਾਰਕ ਹੀ ਬੰਦ ਕਰ ਦਿਓ, ਭੈਣ ਦਾ ਕੋਈ ਬੰਦੇ ਬਚ ਤਾਂ ਜਾਣਗੇ, ਠੀਕ ਹੈ,
ਤੇ ਹਰ ਇੱਕ ਦਾ ਹੱਲ ਹੈਗਾ ਪਿੰਡ ਦੇ ਵਿੱਚ ਹੀ ਜਿਹੜੇ ਬੰਦੇ ਤੁਹਾਨੂੰ ਆਪਾਂ ਨੂੰ ਐਂ ਲੱਗਦਾ ਵੀ ਪਿੰਡ ਦੇ ਵਿੱਚ ਭੁੱਖੇ ਮਰਨਗੇ ਉਹਨਾਂ ਦਾ ਹੱਲ ਹੈਗਾ ਉਹਨਾਂ ਦਾ ਹੱਲ ਪਿੰਡ ਦੇ ਵਿੱਚ ਹੀ ਕਰ ਸਕਦੇ ਨੇ ਜਿਵੇਂ ਆਪਾਂ ਹੁਣ ਬਾਹਰਲੇ ਪਿੰਡਾਂ ਜਾਵਾਂਗੇ ਵੀ ਤੁਹਾਡੇ ਪਿੰਡ ਦੇ ਗਰੀਬ ਦੱਸੋ ਕਿਹੜੇ ਨੇ ਉੱਥੇ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਕਿਉਂਕਿ ਪਿੰਡ ਦੇ ਬੰਦੇ ਨੂੰ ਪਤਾ ਹੁੰਦਾ ਵੀ ਆਹ ਬੰਦੇ ਕੋਲ ਰੋਟੀ ਪਾਣੀ ਹੈ ਨਹੀਂ ਉਹ ਪਿੰਡ 'ਚ ਰਾਸ਼ਨ ਪਾਣੀ ਇਕੱਠਾ ਕਰਕੇ ਦੇ ਸਕਦੇ ਨੇ ਸੋ ਭੁੱਖੇ ਬਿਨਾਂ ਆਪਣਾ ਜਿਹੜਾ ਜੇ ਲੋਕਡਾਊਨ ਲੱਗ ਵੀ ਗਿਆ ਉਹਦਾ ਹੱਲ ਹੈਗਾ ਖਾਣ ਪੀਣ ਦਾ ਹੱਲ ਕਰ ਦੇਣਗੇ ਪਰ ਇਹਦਾ ਕੋਈ ਹੱਲ ਨਹੀਂ ਬਾਬੇ ਕਰੋਨਾ ਵਾਇਰਸ ਦਾ ਕਰੋਨਾ ਵਾਇਰਸ ਨਾਲ ਬੰਦੇ ਤੋਂ ਮਰਨ ਲੱਗ ਗਏ ਬਾਬੇ ਉਹਦਾ ਕੋਈ ਹੱਲ ਨਹੀਂ ਸੋ ਮੈਂ ਤਾਂ ਇਹ ਕਹਿੰਦਾ ਸੀ ਜੇ ਬੰਦ ਕਰ ਰਹੀ ਚੱਜ ਨਾਲ ਹੀ ਕਰ ਦਿੰਦਾ ਹਫ਼ਤਾ ਹੋ ਹੀ ਗਿਆ ਹਫ਼ਤੇ 'ਚ ਆਪਣੇ ਕਿੰਨੇ ਕੁ ਕੰਮ ਕਰ ਲਏ ਵਿਹਲੇ ਬੈਠੇ ਹੋਊ ਵੀ ਨਾ ਤਾਂ ਕੋਈ ਕੰਮ ਹੁੰਦਾ ਨਾ ਉੱਧਰ ਦਾ ਨਾ ਉੱਧਰ ਦਾ ਹਫ਼ਤਾ 10 ਦਿਨ ਚੰਗੀ ਤਰ੍ਹਾਂ ਲੋਕਡਾਊਨ ਕਰ ਦਿੰਦੇ ਸੋ ਸਿਹਤ ਮੰਤਰੀ ਨੇ ਵੀ ਕਿਹਾ ਹੋਰ ਆਪਣੇ ਇੰਡੀਆ ਦੇ ਸਾਰੇ ਸਟੇਟਾਂ ਦੇ ਵਿੱਚ ਲੋਕਡਾਊਨ ਚੰਗੀ ਤਰ੍ਹਾਂ ਕਰ ਦਿੱਤਾ ਬਟ ਪੰਜਾਬ 'ਚ ਨਹੀਂ ਕੀਤਾ ਮੈਨੂੰ ਪਤਾ ਲੋਕ ਮੈਨੂੰ ਗਾਲਾਂ ਕੱਢਣਗੇ ਕਹਿਣਗੇ ਤੂੰ ਹੀ ਮਰ ਜਾਣਾ ਲੋਕਡਾਊਨ ਬੰਦ ਹੋ ਕੇ ਭੁੱਖੇ ਮਰ ਜਾਣਗੇ ਬਾਬੇ ਉਹਦਾ ਹੱਲ ਹੈਗਾ ਹਜੇ ਆਪਣੇ ਪੰਜਾਬ 'ਚ ਨਹੀਂ ਭੁੱਖਾ ਮਰਦਾ ਹੋਰ ਸਟੇਟਾਂ 'ਚ ਕੋਈ ਮਰ ਜੇ ਪਰ ਆਹ ਜਿਹੜਾ ਕਰੋਨਾ ਨਾਲ ਮਰ ਰਹੇ ਨਾ ਇਹਦਾ ਕੋਈ ਹੱਲ ਨਹੀਂ ਸੋ ਮੈਂ ਇਹੀ ਗੱਲਬਾਤ ਕਹਿਣੀ ਸੀਗੀ ਸੋ ਆਹ ਇਹਦਾ ਦਵਾਈ ਦਾ ਇਲਾਜ ਹੈ ਤੇ ਸਾਡੇ 'ਚ ਵੀ ਬਾਬੇ ਥੋੜ੍ਹੇ ਲੱਛਣ ਆਏ ਸੀ ਹੁਣ ਅਸੀਂ ਦਵਾਈ ਖਾ ਰਹੇ ਹਾਂ ਬਾਬੇ ਹੋ ਗਿਆ ਸੀ ਕਰੋਨਾ ਤੇ ਬਾਬੇ ਜਿਵੇਂ ਡੈਡ ਹੋ ਗਿਆ ਸੀਗਾ ਤੇ ਬਾਬੇ ਇੱਕ ਗੱਲ ਹੋਰ ਦੱਸਦਾ ਬਾਬੇ ਤੁਹਾਨੂੰ ਕਿਤੇ ਤੁਸੀਂ ਐਂ ਨਾ ਕਰਿਓ ਹਨਾ ਵੀ ਆਹ ਲੈ ਗਈਆਂ ਲੂਜੀਆਂ ਇੰਨੀਆਂ ਇੰਨੀਆਂ ਸਿੱਟ ਲਓ ਇਹ ਬਾਬੇ ਚਾਰ ਚਾਰ ਦਾਣੇ ਪਾਉਣੇ ਨੇ ਚਾਰ ਲੈ ਚਾਰ ਦਾਣੇ ਇਹਦੇ ਬਾਬੇ ਤੇ ਇੱਕ ਪੱਤਾ ਇਹਦਾ ਇੱਕ ਪੱਤਾ ਇਹਦਾ ਇੱਕ ਬੰਦੇ ਦੇ ਕਾੜੇ ਵਾਸਤੇ ਇੱਕ ਸੱਕ ਬਾਬੇ ਵਾਸਤੇ ਇੰਨਾ ਕੁ ਸੱਕ ਇਹਦਾ ਤੇ ਆਹ ਥੋੜਾ ਜਿਹਾ ਬਾਬੇ ਬਾਲਾਂ ਨਾਲ ਸਮਾਨ ਪਾ ਲਿਓ ਕਿਤੇ ਫੇਰ ਕਹੋ ਮੈਨੂੰ ਚੱਕਰ ਆਈ ਜਾਂਦੇ ਨੇ ਇੰਨਾ ਚੱਕਰ ਆ ਜਾਣਾ ਫਿਰ ਸਮਾਨ ਲੱਤਾਂ ਥੋੜਾ ਤਾਂ ਕਰ ਦੋ ਸਮਾਨ ਬੜਾ ਤੇਜ਼ ਹੈ ਠੀਕ ਹੈ ਇੱਕ ਤਰ੍ਹਾਂ ਦਾ ਐ ਹੁੰਦਾ ਜਿਵੇਂ ਨਸ਼ਾ ਕਰ ਲਿਆ ਬਸ ਉਵੇਂ ਕਰ ਦੂ ਜੇ ਸੁਣਦੇ ਕਾੜਾ ਪੀਣਾ ਤੜਕੇ ਆਥਰੇ ਦੁਪਹਿਰੇ ਤੁਹਾਨੂੰ ਮਾੜੇ ਜਿਹੇ ਵੀ ਲੱਛਣ ਲੱਗਦੇ ਨੇ ਇਹ ਸ਼ੁਰੂ ਕਰ ਦੋ ਬਸ ਘਰੇ ਬੈਠੇ ਰਹੋ ਉੱਤੇ ਜਾਣ ਦੀ ਲੋੜ ਨਹੀਂ ਠੀਕ ਹੈ ਇਹੀ ਤੁਹਾਡਾ ਹੱਲ ਹੈ ਜੇ ਤੁਹਾਨੂੰ ਐ ਸਾਹ ਦੀ ਦਿੱਕਤ ਲੱਗਦੀ ਹੈ ਇਹ ਕਰ ਲਓ ਜਿਹੜੇ ਮੇਰੇ ਯਾਰ ਬੇਲੀ ਨੇ ਚਾਹਣ ਵਾਲੇ ਨੇ ਮੈਂ ਉਹਨਾਂ ਵਾਸਤੇ ਦੱਸਿਆ ਜਿਹੜੇ ਮੱਚਣ ਵਾਲੇ ਨੇ ਹੋਰ ਕੁਛ ਮੈਂ ਤੁਹਾਡੇ ਵਾਸਤੇ ਨਹੀਂ ਬਾਈ ਵੀਡੀਓ ਬਣਾਈ ਜਿਹੜੇ ਤੁਸੀਂ ਠੀਕ ਹੈ ਗਲਤ ਕਮੈਂਟ ਕਰ ਦਿਓ ਜੇ ਉਹ ਤੁਹਾਡੇ ਵਾਸਤੇ ਨਹੀਂ ਬਣਾਈ ਜਿਹੜੇ ਚਾਹਣ ਵਾਲੇ ਨੇ ਉਹਨਾਂ ਵਾਸਤੇ ਬਣਾਈ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਮੌਕੇ ਦਾ ਇਲਾਜ ਦੱਸਿਆ ਸੀਗਾ ਦਿੱਕ ਦੱਸਿਆ ਸੀ ਨਾ ਟੁੱਟ ਕੇ ਡਿੱਗ ਗਿਆ ਸੀਗਾ ਉਹ ਪ੍ਰੈਕਟੀਕਲ ਗੱਲ ਸੀ ਇਹ ਵੀ ਪ੍ਰੈਕਟੀਕਲ ਗੱਲ ਹੈ ਇਹ ਬੰਦੇ ਇਹਦੇ ਨਾਲ ਠੀਕ ਹੋਏ ਨਹੀਂ ਮੈਂ ਤਾਂ ਕਰਕੇ ਮੈਂ ਉਹੀ ਨਹੀਂ ਵੀਡੀਓ ਬਣਾਉਂਦਾ ਹੁੰਦਾ ਇਹਦੇ ਨਾਲ ਫਰਕ ਪਿਆ ਤਾਂ ਕਰਕੇ ਦੱਸਿਆ ਮੈਂ ਸੋ ਚਲੋ ਠੀਕ ਆ ਬਾਬੇ ਧੰਨਵਾਦ ਵੱਧ ਤੋਂ ਵੱਧ ਆਪਦੀ ਬਚਤ ਰੱਖੋ ਘਰੇ ਰਹੋ ਠੀਕ ਹੈ ਤੇ ਜੇ ਕੋਈ ਬਾਬੇ ਇੱਕ ਗੱਲ ਹੋਰ ਹਾਂ ਸੁੜਕੇ ਜਾਇਓ ਬਾਬੇ ਉਹ ਤੇ ਸਾਡੇ ਠਰਕੀ ਬਾਬੇ ਦੇ ਬਾਬੇ ਪਾਠ ਆ ਨਾ ਸੈਦ ਹੀ ਹੁਣ ਆਹ ਬੰਦਾ ਬਾਬੇ ਸੀਰੀਅਸ ਹੈ ਇਹ ਥੋੜ੍ਹਾ ਜਿਹਾ ਤੇ ਪਰਾਂ ਹੋ ਕੇ ਰਹਿਣ ਵਾਲੇ ਤੈਨੂੰ ਕਰੋਨਾ ਬਾਬੇ ਇਹਨੂੰ ਇਹ ਬਾਬੇ ਰਾਤ ਦੇ ਬਾਬੇ ਉਹਦੇ ਹਲਕ ਚ ਆਏ ਪੈਣੇ ਵੀ ਮੈਂ ਮਰ ਜੂੰਗਾ ਬਾਬੇ ਇਹ ਤੜਕੇ ਦਾ ਸਾਨੂੰ ਫੋਨ ਕਰੀ ਜਾਂਦਾ ਬਾਈ ਮੈਨੂੰ ਸਮਾਨ ਲਿਆ ਕਦੋਂ ਮੈਨੂੰ ਸਮਾਨ ਲਿਆ ਕਦੋਂ ਬਾਬੇ ਘਰੋਂ ਨਹੀਂ ਬਾਹਰੇ ਨਿਕਲ ਰਿਹਾ ਤੜਕੇ ਦਾ ਬਾਬੇ ਮਰ ਜਾਂਦਾ ਇਹ ਚੀਜ਼ ਬਾਂਡਰ ਪੋਕਲ ਬੰਦਾ ਬਾਬੇ ਤੁਹਾਨੂੰ ਲੱਗਦਾ ਤੁਸੀਂ ਦਵਾਈ ਲੈ ਲਓ ਕਿੱਡੀ ਗੱਲ ਪੈ ਜਾਂਦਾ ਯਾਰ ਉੱਥੇ ਬੈਡ ਤੇ ਤੈਨੂੰ ਲਿਆ ਕੇ ਦਿੱਤੀ ਇਹਦਾ ਬਹੁਤ ਹੱਲ ਹੈ ਬਾਬੇ ਉਹ ਠੀਕ ਹੈ ਬਾਂਡਰ ਪੋਕਲ ਵਰਗੀ ਬਾਬੇ 28 ਪਾਰ ਤਾਂ ਆਉਣਗੇ ਉਦੋਂ ਬਾਅਦ ਇਹ ਦੇਖਾਂਗੇ ਬਾਹਲਾ ਇਕੱਠ ਨਹੀਂ ਕਰਨਾ ਇਸ ਕਰਕੇ ਥੋੜਾ ਜਦੋਂ ਸਿਸਟਮ ਸਾਰਾ ਠੀਕ ਹੋ ਗਿਆ ਫੇਰ ਬਣਾਵਾਂਗੇ ਇੰਨੇ ਇੱਕ ਅੱਧੀ ਵੀਡੀਓ ਅਸੀਂ ਹੋਰ ਬਣਾ ਲਾਂਗੇ ਆ ਬੋਤਲ ਚ ਆਕਸੀਜਨ ਹੈ ਜੀ ਆਕਸੀਜਨ ਹੈਗੀ ਤੱਤਾ ਪਾਣੀ ਹੈ ਹਾਈ ਮੈਂ ਬਾਟ ਵੀ ਬਾਬਾ ਸੈਦ ਹੀ ਆਵੇ ਨਹੀਂ ਪਤਾ ਮਰ ਜੇ ਇਹਦਾ ਗੱਲ ਨੂੰ ਕੋਈ ਪਤਾ ਨਹੀਂ ਮਰੀ ਉਹਦਾ ਡੈਟ ਕਰਨ ਵਾਲੇ ਪਏ ਨੇ ਨਹੀਂ ਪਤਾ ਉਹ ਵੀ ਨਾ ਹੋਣਾ ਪਾਰ ਤਾਂ ਤਿਆਰ ਪਏ ਨੇ ਜਮਾ ਰੈਡੀ ਠੀਕ ਹੈ ਬਾਬੋ ਬਾਕੀ ਸਾਰਿਆਂ ਨੂੰ ਲਵ ਜੂਆ ਪਿਆਰ ਕਰਨ ਵਾਲੇ ਆ ਦੇਖ ਲਓ ਬਾਬੇ ਮੇਰੇ ਤਾਂ ਚੱਪਲ ਵੀ ਟੁੱਟ ਗਈ ਯਾਰ ਮੈਂ ਉਹਦੇ ਦੋ ਵਾਰੇ ਟੋਪੇ ਲਵਾਈ ਸੀ ਫਿਰ ਟੁੱਟ ਗਈ ਆ ਪਾਲਾ ਹਲੇ ਆ ਕੀ ਦੇਣਾ ਮੈਂ ਪਾਲਾ ਥੈਂਕ ਯੂ ਲੈਣਾ ਚਲੋ ਠੀਕ ਹੈ ਬਾਬੇ ਓਕੇ